ਹਸਪੀਟਲਾਂ ਵਿੱਚ ਲੱਗਣ ਵਾਲੀਆਂ ਟਿਕਟਾਂ ਬਾਰੇ ਸੋਚਾਂਗੇ ਬਾਅਦ ਵਿੱਚ। ਸਭ ਤੋਂ ਪਹਿਲਾਂ ਤਾਸ਼ੇ ਲਾਣੇ ਆ ਜੀ ਗੋਲਫ ਦੇ। ਅਮਰੀਕਾ ਨੇ ਲਾਣਾ ਜੀ ਟੈਕਸ ਪਰਮੀਜਾਨੋ ਪੇਕੋਰੀਨੋ ਤੇ ਪ੍ਰੋਸ਼ੂਤੋ ਉੱਤੇ। ਜੁਜ਼ੇਪੇ ਕੋਂਤੇ ਦਾ ਇੱਕ ਨਵਾਂ ਬਿਆਨ। ਉਸ ਬਿਆਨ ਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਟਿਕਟ ਸਾਨੂੰ ਤਾਰੀ ਜਿਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਸੀ ਕਿ ਰੈਦੀ ਤੋਂ ਦੇ ਹਿਸਾਬ ਨਾਲ ਬੰਦਿਆਂ ਦੇ ਮੈਂਬਰਾਂ ਦੇ ਹਿਸਾਬ ਨਾਲ ਟਿਕਟ ਲੱਗਿਆ ਕਰੂਗੀ, ਤਕਰੀਬਨ 10 ਕੈਰੋ ਦਾ ਉਹਦੇ ਨਾਲ ਫਰਕ ਪੈਣਾ ਸੀ। ਉਹਦੇ ਬਾਰੇ ਅਸੀਂ 6 ਮਹੀਨੇ ਸਾਲ ਤੱਕ ਵੀ ਸੋਚ ਸਕਦੇ ਹਾਂ, ਕਿਉਂਕਿ ਉਹ ਵਾਲਾ ਜਿਹੜਾ ਕਾਨੂੰਨ ਆ ਸਾਡੇ ਕੋਲ ਤਿਆਰ ਪਿਆ ਹੈ ਜੀ। ਅਤੇ ਉਸ ਕਾਨੂੰਨ ਤੋਂ ਬਾਅਦ ਅਸੀਂ ਜਿਹੜਾ ਹੁਣ ਕਾਨੂੰਨ ਸੋਚਿਆ ਉਹ ਕਾਨੂੰਨ ਇਹ ਹੈ ਜੀ, ਹਰ ਉਹ ਬੰਦਾ ਜਿਹੜਾ ਬੰਦਾ ਘਰ ਵਿੱਚ ਕੋਈ ਸਫਾਈ ਕਰਨ ਲਈ ਰੱਖਿਆ ਜਾਂ ਫਿਰ ਕਿਸੇ ਸਿਆਣੇ ਬੰਦੇ ਦੀ ਸਾਂਭ ਸੰਭਾਲ ਲਈ ਅਗਰ ਕਿਸੇ ਬੰਦੇ ਨੇ ਬੰਦਾ ਰੱਖਿਆ ਤਾਂ ਉਹ ਬੰਦਾ ਅਮੀਰ ਆ ਅਤੇ ਉਸ ਬੰਦੇ ਉੱਤੇ ਟੈਕਸ ਲੱਗਿਆ ਨਾ, ਉਹ ਜਿਹੜਾ ਟੈਕਸ ਲੱਗਣਾ ਬੰਦੇ ਨੂੰ ਦੇਣਾ ਪੈਣਾ ਜੀ। ਅਤੇ ਇਸ ਗੱਲ ਨੂੰ ਸੁਣ ਕੇ ਇਟਾਲੀਅਨ ਫੈਮਲੀਆਂ ਬਹੁਤ ਪੈਨਿਕ ਵਿੱਚ ਆ ਗਈਆਂ, ਕਿਉਂਕਿ ਬਹੁਤ ਸਾਰੇ ਬੰਦੇ ਜਿਹਨਾਂ ਕੋਲ ਘਰ 'ਚ ਸਾਫ਼ ਸਫਾਈ ਕਰਨ ਦਾ ਟਾਈਮ ਨਹੀਂ ਹੁੰਦਾ ਜਾਂ ਫਿਰ ਉਹਨਾਂ ਦੇ ਘਰ 'ਚ ਕੋਈ ਬਜ਼ੁਰਗ ਬੰਦਾ ਹੁੰਦਾ, ਸਿਆਣਾ ਬੰਦਾ ਹੁੰਦਾ, ਉਹਨਾਂ ਨੂੰ ਸੰਭਾਲਣ ਦਾ ਟਾਈਮ ਨਹੀਂ ਹੁੰਦਾ। ਅਤੇ ਇਸ ਕਰਕੇ ਉਹਨਾਂ ਨੇ ਬੰਦੇ ਘਰ ਰੱਖੇ ਹੋ ਅਤੇ ਉਹਨਾਂ ਨੂੰ ਅਗਰ ਟੈਕਸ ਜ਼ਿਆਦਾ ਪਏਗਾ ਤਾਂ ਇਹਦੇ ਟੈਕਸ ਜ਼ਿਆਦਾ ਪੈਣ ਕਰਕੇ ਹੋ ਸਕਦਾ ਉਹਨਾਂ ਬੰਦੇ ਨੂੰ ਘਰੋਂ ਵੀ ਕੱਢ ਦਿੱਤਾ ਜਾਵੇ। ਇਸ ਤੋਂ ਬਾਅਦ ਜੀ ਉਹਨਾਂ ਦਾ ਜਿਹੜਾ ਯੂਨੀਅਨ ਆ ਗੋਲਫ ਦੀ, ਜਿਹੜਾ ਯੂਨੀਅਨ ਦਾ ਪ੍ਰਧਾਨ ਆ ਜਿਹੜਾ ਉਹ ਬੰਦਿਆਂ ਨੂੰ ਦੇਖਦਾ, ਉਹਨੇ ਦੱਸਿਆ ਤਕਰੀਬਨ 15 ਮਿਲੀਅਨ ਤੋਂ ਜ਼ਿਆਦਾ ਇਟਲੀ ਦੇ ਵਿੱਚ, 1.5 ਮਿਲੀਅਨ, ਹਾਂਜੀ 1.5 ਮਿਲੀਅਨ ਤੋਂ ਜ਼ਿਆਦਾ ਇਸ ਇਟਲੀ ਦੇ ਵਿੱਚ ਗੋਲਫ ਜਾਂ ਵਧਾਉਂਦੀ ਹੈਗੀ ਆ। ਅਗਰ ਟੈਕਸ ਜ਼ਿਆਦਾ ਹੋਣ ਕਰਕੇ ਉਹਨਾਂ ਬੰਦਿਆਂ ਨੂੰ ਕੱਢ ਦਿੱਤਾ ਗਿਆ ਤਾਂ ਉਹ ਕੱਢਣ ਦੇ ਜ਼ਿੰਮੇਦਾਰ ਸਰਕਾਰ ਤੁਸੀਂ ਆਪ ਖੁਦ ਹੋਵੋਗੇ, ਉਹਨਾਂ ਉਸ ਬੇਰੁਜ਼ਗਾਰੀ ਦਾ ਜਿਹੜਾ ਜ਼ਿੰਮਾ ਤੁਹਾਨੂੰ ਸਾਰਿਆਂ ਨੂੰ ਆਪ ਚੱਕਣਾ ਪੈਣਾ ਜੀ। WGT ਦਾ ਫੈਸਲਾ ਸੁਣਾਉਣ ਦੇ ਸਾਰ ਹੀ ਅਮਰੀਕਾ ਨੇ ਐਲਾਨ ਕਰ ਦਿੱਤਾ ਕਿ ਇਹ ਲਾਏਗਾ ਟੈਕਸ ਹਰ ਯੂਰਪ ਦੀ ਕੰਟਰੀ ਦੇ ਉੱਤੇ। ਕਿਹੜੀਆਂ ਚੀਜ਼ਾਂ ਉੱਤੇ ਟੈਕਸ ਲਾਉਣਾ ਜੀ? ਉਹ ਚੀਜ਼ਾਂ ਇਹ ਨੇ ਜੀ, ਟੈਕਸ ਨੇ ਲੈਣਾ ਜਿਸ ਕੰਟਰੀ ਦੀ ਜਿਸ ਚੀਜ਼ ਜ਼ਿਆਦਾ ਐਕਸਪੋਰਟ ਹੋ ਰਹੀ ਹੈ ਉਸ ਚੀਜ਼ ਉੱਤੇ ਹੀ ਉਹਨੇ ਟੈਕਸ ਲੈਣਾ। ਐਗਜ਼ਾਮਪਲ ਇਹ ਦੇਖਦੇ ਹਾਂ ਜੀ, ਸਕੋਟਲੈਂਡ ਦੀ ਵਿਸਕੀ ਉੱਤੇ ਅਤੇ ਫਰਾਂਸ ਦੀ ਵਾਈਨ ਉੱਤੇ ਅਤੇ ਸਵਿਟਜ਼ਰਲੈਂਡ ਦੀ ਐਮੈਂਟਲ 'ਤੇ ਇਹ ਨੇ ਜਿਹੜਾ ਇਹ ਟੈਕਸ ਲਾ ਦਿੱਤਾ ਹੈ ਜੀ। ਅਤੇ ਇਟਲੀ ਵਿੱਚ ਦੇਖਦੇ ਹਾਂ ਜੀ ਕਿਹੜੀ ਚੀਜ਼ ਉੱਤੇ ਟੈਕਸ ਜ਼ਿਆਦਾ ਲੱਗਾ ਜੀ। ਇਟਲੀ ਦੇ ਵਿੱਚ ਪਰਮੀਜਾਨੋ, ਪੇਕੋਰੀਨੋ ਅਤੇ ਪ੍ਰੋਸ਼ੂਤੋ ਇਹ ਮੇਨ ਆ ਜੀ ਜਿਨ੍ਹਾਂ ਉੱਤੇ ਟੈਕਸ ਲੱਗਣਾ। ਪਰਮੀਜਾਨੋ ਦੀ ਇੱਕ ਆਪਣੀ ਆਉਂਦੀ ਆ ਫਰਮਾਜੋ ਆਉਂਦੀ ਹੈ, ਜੋ ਕਿ ਮੱਝਾਂ ਗਾਵਾਂ ਦੀ ਜਿਹੜੀ ਬਣਦੀ, ਉਹਨਾਂ ਦੇ ਦੁੱਧ ਉੱਤੇ ਜਿਹੜੀ ਫਰਮਾਜੋ ਬਣਦੀ ਆ ਉਹ ਪਰਮੀਜਾਨੋ ਦੇ ਜਿਹੜੇ ਬਣਦੇ ਆ ਤਕਰੀਬਨ ਉਹ ਵਾਲੀਆਂ ਫਰਮਾਜੋ ਬਣਦੀਆਂ ਉਹਨਾਂ ਦੀ ਮੱਝਾਂ ਗਾਵਾਂ ਦੇ ਦੁੱਧ ਤੋਂ। ਉਸ ਤੋਂ ਬਾਅਦ ਆ ਜੀ ਪੇਕੋਰੀਨੋ, ਜੋ ਕਿ ਫਰਮਾਜੋ ਬਣਦੀ ਆ ਆਪਣੇ ਪੇਕੋਰੇ ਜਿਹੜੀਆਂ ਭੇਡਾਂ ਦੇ ਦੁੱਧ ਤੋਂ ਜਿਹੜੀ ਫਰਮਾਜੋ ਬਣਦੀ ਹੈ ਜੀ, ਉਸ ਫਰਮਾਜੋ ਨੂੰ ਪੇਕੋਰੀਨੋ ਕਹਿੰਦੇ ਆ ਜੀ। ਉਸ ਤੋਂ ਬਾਅਦ ਪ੍ਰੋਸ਼ੂਤੋ ਆ, ਜੋ ਕਿ ਜਿਹੜਾ ਮੀਟ ਹੁੰਦਾ ਜਿਹੜਾ ਬਹੁਤ ਪ੍ਰੋਸ਼ੂਤੋ, ਤੁਹਾਨੂੰ ਪਤਾ ਹੋਣਾ ਜੀ ਪ੍ਰੋਸ਼ੂਤੋ ਕਿਹਨੂੰ ਕਹਿੰਦੇ ਜੀ, ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟਿਆ ਹੋਇਆ ਇੱਕ ਮੀਟ ਹੁੰਦਾ ਜਿਹਨੂੰ ਤੁਸੀਂ ਕੱਚਾ ਵੀ ਖਾ ਸਕਦੇ, ਕੱਚਾ ਮੀਟ ਉਹਨੂੰ ਕਹਿ ਸਕਦੇ ਜੋ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਜੀ। ਅਤੇ ਤਕਰੀਬਨ ਇਹਨਾਂ ਸਾਰੀਆਂ ਚੀਜ਼ਾਂ ਉੱਤੇ 25% ਜਿਹੜਾ ਟੈਕਸ ਆ ਇਹ ਵੱਧ ਜਾਣਾ ਜੀ। ਇਹ 25% ਟੈਕਸ ਦੇ ਨਾਲ ਵਧਣ ਦੇ ਨਾਲ ਕੀ ਹੋਣਾ ਜੀ, ਅਮਰੀਕਾ ਨੂੰ ਤਕਰੀਬਨ ਅਗਰ ਕੋਈ ਚੀਜ਼ 100 ਰੁਪਏ ਦੀ ਪੈ ਰਹੀ ਹੈ ਤਾਂ ਉਹਨੂੰ 125 ਰੁਪਏ ਦੀ ਪੈਣੀ, ਨੋਰਮਲ ਜਿਹੀ ਗੱਲ ਆ ਕਿ ਉਹਨੇ ਜਿਹੜੀ ਉੱਥੇ ਦੀ ਉਸ ਚੀਜ਼ ਦੀ ਇੰਪੋਰਟ ਆ ਘਟਾ ਦੇਣੀ। ਇਟਲੀ ਵਿੱਚ ਓਲੀਵ ਓਇਲ ਅਤੇ ਪ੍ਰੋਸੈਕੋ, ਲੀਵੀਆ ਦਾ ਤੇਲ ਅਤੇ ਜਿਹੜੀ ਪ੍ਰੋਸੈਕੋ ਵਾਲੀ ਵਾਈਨ ਆ ਜਿਹੜੀ ਇਹ ਵੀਨੋ ਆ ਇਹਦੇ ਉੱਤੇ ਟੈਕਸ ਨਹੀਂ ਲੱਗਣਾ ਅਤੇ ਇਸ ਚੀਜ਼ ਨੂੰ ਫਿਲਹਾਲ ਕੋਈ ਫਰਕ ਨਹੀਂ ਪੈਣਾ। ਇਟਲੀ ਵਿੱਚ ਇਸ ਚੀਜ਼ 'ਤੇ ਬਹੁਤ ਹੁਣ ਚਰਚਾ ਹੋ ਰਹੀ ਹੈ ਜੀ, ਇਹ ਜਿਹੜੇ ਨਵੇਂ ਟੈਕਸ ਲੱਗੇ ਇਹਨਾਂ ਦੇ ਨਾਲ ਇਟਲੀ ਦਾ ਜਿਹੜਾ ਬਹੁਤ ਆਰਥਿਕ ਵਿਵਸਥਾ ਨੂੰ ਫਰਕ ਪੈਣਾ, ਕਿਉਂਕਿ ਜਿੰਨੀ ਇੰਪੋਰਟ ਐਕਸਪੋਰਟ ਹੁੰਦੀ ਆ ਉਹਦੇ ਹਿਸਾਬ ਨਾਲ ਜਿਹੜਾ ਹਰ ਦੇਸ਼ ਆ ਉਹਦੀ ਇਕੋਨਮੀ 'ਚ ਵਾਧਾ ਹੁੰਦਾ ਜੀ। ਰੋਮਾ ਵਿੱਚ ਗੰਦ ਰਿਫਿਊਤੀ ਇੰਨੇ ਵੱਧ ਗਏ ਨੇ ਜੀ, ਰਿਫਿਊਤੀ ਕਹਿੰਦੇ ਆ ਜੀ ਇਵੇਂ ਦਿੱਤੇ ਆ ਜੋ ਵੀ ਗੰਦ ਤੁਸੀਂ ਕੂੜਾ ਕਰਕਟ ਜਿਹੜਾ ਬੂਸਤਿਆਂ ਦੇ ਵਿੱਚ ਪਾ ਕੇ ਛੱਡਦੇ ਆ, ਉੱਥੇ ਬਹੁਤ ਪ੍ਰੋਬਲਮ ਆਉਂਦੀ ਹੈ, ਸੜਕਾਂ ਦੇ ਉੱਤੇ ਸਾਈਡਾਂ ਦੇ ਉੱਤੇ ਹਰ ਪਾਸੇ ਗੰਦ ਹੀ ਗੰਦ ਦਿਸ ਰਿਹਾ ਜੀ। ਉੱਥੇ ਦੇ ਲੋਕਾਂ ਨੇ ਇੱਥੇ ਤੱਕ ਹੈਲਥ ਮਿਨਿਸਟਰ ਜਿਹੜੇ ਉਹਨਾਂ ਨੇ ਵੀ ਇਹ ਗੱਲ ਕਹਿ ਤੀ ਕਿ ਅਗਰ ਇਹ ਕੂੜੇ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਇਹ ਜਿਹੜਾ ਵੀ ਕੂੜਾ ਇਹਦੇ ਨਾਲ ਹੌਲੀ ਹੌਲੀ ਗਲ ਕੇ ਵਾਤਾਵਰਨ ਵਿੱਚ ਪ੍ਰਦੂਸ਼ਣ ਹੋ ਜਾਊਗਾ, ਵਾਤਾਵਰਨ ਪ੍ਰਦੂਸ਼ਣ ਹੋ ਗਿਆ ਤਾਂ ਜਿਹੜੀ ਹਵਾ ਤੁਸੀਂ ਸਾਹ ਲੈਂਦੇ ਆ ਉਹ ਵੀ ਤੁਹਾਨੂੰ ਕੀਟਾਣੂਆਂ ਵਾਲੇ ਸਾਹ ਮਿਲਣੇ, ਉਹਨਾਂ ਕੀ ਹੋਣਾ ਕਿ ਤੁਸੀਂ ਬਿਮਾਰ ਹੋ ਸਕਦੇ ਆ, ਮਹਾਂਮਾਰੀਆਂ ਫੈਲ ਸਕਦੀਆਂ। ਇਸ ਕਰਕੇ ਜਿੰਨੀ ਛੇਤੀ ਹੋ ਸਕੇ ਰੋਮਾ ਵਿੱਚੋਂ ਜਿਹੜਾ ਆਪਣਾ ਕੂੜਾ ਕਰਕਟਾ ਚੱਕਿਆ ਜਾਵੇ, ਅਗਰ ਨਾ ਚੱਕਿਆ ਜਾਵੇ ਤਾਂ ਗਰੀਲੀ ਨੇ ਜਿਹੜੇ ਗਰੀਲੋ ਦੇ ਸਪੋਰਟ ਕਰਦੇ ਆ ਜੀ ਬੰਦੇ, ਉਹਨਾਂ ਨੇ ਇਹ ਕਿਹਾ ਕਿ ਅਗਰ ਸਾਡੇ ਰੋਮਾ ਦੇ ਵਿੱਚੋਂ ਇਟਲੀ ਦੀ ਰਾਜਧਾਨੀ ਦੇ ਵਿੱਚੋਂ ਤੁਸੀਂ ਨਾ ਚੱਕਿਆ, ਤੁਸੀਂ ਇਹ ਨਹੀਂ ਚੱਕਦੇ ਆ ਆਪਣਾ ਜਿੰਨਾ ਵੀ ਕੂੜਾ ਕਰਕਟ ਰਿਫਿਊਤੀ ਆ, ਤਾਂ ਅਸੀਂ ਜਿੰਨਾ ਵੀ ਕੂੜਾ ਟਰੱਕਾਂ 'ਚ ਭਰ ਭਰ ਕੇ ਤੁਹਾਡੇ ਨੌਰਥ ਵਿੱਚ ਲਿਆ ਕੇ ਸਿੱਟ ਦੇਣਾ ਜੀ। ਇਹ ਜੀ ਇੱਕ ਕਿਸਮ ਨਾਲ ਉੱਥੇ ਦੇ ਜਿਹੜੇ ਬੰਦੇ ਆਮ ਜਨਤਾ ਦੀ ਇਹ ਆਵਾਜ਼ ਆ, ਆਮ ਜਨਤਾ ਦੇ ਅੰਦਰੋਂ ਇਹ ਨਿਕਲ ਰਹੀ ਆ, ਅਸੀਂ ਦਿਨ ਭਰ ਕੂੜੇ 'ਚ ਰਹਿ ਰਹੇ ਹਾਂ, ਕੱਲ੍ਹ ਨੂੰ ਸਾਡੇ ਬੱਚਿਆਂ ਦੇ ਸਕੂਲਾਂ ਮੂਹਰੇ ਕੂੜਾ ਹੋਣਾ, ਸਾਡੇ ਆਪਣਾ ਗੰਦ ਮੰਦ ਪਿਆ ਹੋਣਾ, ਕੱਲ੍ਹ ਨੂੰ ਸਾਡੇ ਬੱਚਿਆਂ ਦੇ ਜਿੱਥੇ ਗਾਰਡਨਾਂ 'ਚ ਖੇਡਣਾ ਉੱਥੇ ਹੋਣਾ, ਮੈਦਾਨਾਂ ਵਿੱਚ ਹੋਣਾ, ਗਲੀਆਂ ਦੇ ਮੂਹਰੇ ਹੋਣਾ। ਇਸ ਕਰਕੇ ਤੁਹਾਨੂੰ ਵੀ ਕੁਛ ਪਤਾ ਲੱਗੇ ਵੀ ਕੂੜੇ ਕਰਕਟ ਵਿੱਚ ਰਹਿਣ ਦਾ ਮਤਲਬ ਕੀ ਹੁੰਦਾ ਜੀ।
ਨੁਆਰੋ ਦੇ ਵਿੱਚ ਫੜਿਆ ਗਿਆ ਜੀ ਇੱਕ ਔਰਤ ਫੜੀ ਗਈ ਜੀ, ਜਿਹੜੀ ਕਿ ਬੰਦਿਆਂ ਨੂੰ, ਜਿਹੜੇ ਸਿਆਣੇ ਬਜ਼ੁਰਗ ਬੰਦੇ, ਉਹਨਾਂ ਨੂੰ ਇਹ ਗੱਲ ਕੇ ਡਰਾਉਂਦੀ ਕਿ ਤੁਹਾਡੇ ਘਰ ਵਿੱਚ ਕੁਛ ਭੂਤ ਚੜੇਲ ਜਾਂ ਜਿੰਨ ਜਿੰਨਾ ਦਰਸਾਇਆ ਜੀ। ਇਹ ਜਿਹੜੀ ਔਰਤ ਸੀ ਇਹ ਸਿਚੀਲੀਆ ਦੀ ਸੀਗੀ ਜੀ, 44 ਸਾਲ ਦੀ ਔਰਤ ਸੀ। ਇਸ ਔਰਤ ਦਾ ਗੁਨਾਹ ਕੀ ਹੈ, ਇਸ ਨੇ ਕੀਤਾ ਕਿ ਜੀ ਇਹ ਜਿੰਨੇ ਵੀ ਸਿਆਣੇ ਬੰਦੇ ਆਪਣੇ ਚੇਲਿਆਂ ਦੇ ਨਾਲ ਜਾਂਦੀ ਸੀ, ਸਿਆਣਿਆਂ ਬੰਦਿਆਂ ਦੇ ਕੋਲ ਇਹਨੇ ਜਾਣਾ ਅਤੇ ਆਪਣਾ ਚੇਲਾ ਛੱਡ ਦੇਣਾ। ਉਹਨਾਂ ਨੇ ਕਹਿਣਾ ਜੀ ਤੁਹਾਡੇ ਘਰ ਵਿੱਚ ਕੋਈ ਪ੍ਰੋਬਲਮ ਆ, ਤੁਹਾਡੇ ਘਰ 'ਚ ਨਿੰਬੂ ਲੈ ਕੇ ਜਾਓ, ਨਿੰਬੂ ਲਾਲ ਹੋ ਗਿਆ ਜਾਂ ਇੱਦਾਂ ਦੀਆਂ ਕੋਈ ਗੱਲਾਂ ਕਰਕੇ ਉਹਨਾਂ ਦੇ ਬੰਦਿਆਂ ਦੇ ਸਿਆਣਿਆਂ ਦੇ ਘਰ ਜਾਂਦੀ ਸੀ ਅਤੇ ਉਹਨਾਂ ਨੂੰ ਕਹਿੰਦੀ ਸੀ ਕਿ ਮੈਂ ਤੁਹਾਡੇ ਘਰ ਵਿੱਚ ਭੂਤ ਚੜੇਲਾ ਸਾਇਆ, ਜੋ ਵੀ ਜਿੰਨ ਜਿੰਨ ਨਾਂ ਦਾ ਸਾਇਆ ਹੈਗਾ, ਮੈਂ ਉਸ ਸਾਏ ਨੂੰ ਦੂਰ ਕਰੂੰਗੀ। ਦੂਰ ਕਰਨ ਲਈ ਮੈਨੂੰ ਕੀ ਚਾਹੀਦਾ, ਨਮਕ ਲੂਣ ਜਾਂ ਫਿਰ ਸਾਲੇ, ਜੋ ਵੀ ਤੁਸੀਂ ਕਹਿਣਾ ਚਾਹੋ, ਨਮਕ ਲੂਣ ਸਾਲੇ ਉਹ ਕਹਿੰਦੀ ਸੀ, ਜਾਂ ਫਿਰ ਇੱਕ ਸੋਨੇ ਦਾ ਲੋਕਟ ਮੇਰੇ ਕੋਲ ਲੈ ਕੇ ਆਓ, ਸੋਨੇ ਦਾ ਲੋਕਟ ਅਤੇ ਲੂਣ ਕਹਿੰਦੀ ਲੈ ਕੇ ਆਓ, ਅਤੇ ਉਹਦੇ ਨਾਲ ਜੋ ਵੀ ਤੁਹਾਡੇ ਘਰ 'ਚ ਬੁਰਾ ਸਾਇਆ ਜੋ ਵੀ ਹੈਗਾ ਉਹ ਸਾਰੇ ਨੂੰ ਮੈਂ ਪਹੁੰਚਾ ਦੂੰਗੀ। ਪਹੁੰਚਾਉਂਦੇ ਕਿੱਦਾਂ ਸੀ ਜੀ, ਉਹ ਉਹਦੇ ਕੋਲ ਇੱਕ ਚਿੱਟੇ ਰੰਗ ਦਾ ਰੁਮਾਲ ਹੁੰਦਾ, ਚਿੱਟੇ ਰੰਗ ਦੇ ਰੁਮਾਲ 'ਚ ਉਹਨੇ ਲੂਣ ਰੱਖਣਾ, ਕੱਚਾ ਲੂਣ ਰੱਖਣਾ ਅਤੇ ਸੋਨੇ ਦਾ ਲੋਕਟ ਰੱਖਣਾ ਜੀ। ਉਹਨੇ ਕਹਿਣਾ ਆਪਣੀ ਅੱਖਾਂ ਮੀਟੋ ਜਾਂ ਕੁਛ ਵੀ ਕਰੋ, ਜੋ ਵੀ ਉਹਨੇ ਆਪਣੇ ਮੰਤਰ ਉਹਦੇ ਵਿੱਚ ਫੂਕਦੀ ਸੀ ਅਤੇ ਸੋਨਾ ਵੀ ਗਾਇਬ ਹੋ ਜਾਂਦਾ ਸੀ ਅਤੇ ਜਿਹੜਾ ਉਹਨੇ ਵਿੱਚ ਲੂਣ ਰੱਖਿਆ ਸੀ ਉਹ ਵੀ ਗਾਇਬ ਹੋ ਜਾਂਦਾ ਸੀ। ਲੂਣ ਅਤੇ ਸੋਨਾ ਦੋਵੇਂ ਗਾਇਬ ਹੋਣ ਦੇ ਨਾਲ ਕੀ ਹੁੰਦਾ ਸੀ ਜੀ, ਕਹਿੰਦੀ ਸੀ ਜੀ ਤੁਹਾਡੇ ਘਰ 'ਚ ਜਿੰਨੇ ਵੀ ਭੂਤ ਪ੍ਰੇਤ ਸੀਗੇ ਸਾਰੇ ਨੇ ਸਾਰੇ ਸੀ ਮਿਟਾ ਦਿੱਤੇ ਨੇ ਜੀ, ਹੁਣ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਇੱਦਾਂ ਦੇ 10-12 ਕੇਸ ਕਰਨ ਤੋਂ ਬਾਅਦ ਪੁਲਿਸ ਤੱਕ ਇਹ ਗੱਲ ਪਹੁੰਚੀ ਅਤੇ ਉਹਨਾਂ ਨੇ ਹੁਣ ਉਸ ਧੋਖੇਬਾਜ਼ ਜਨਾਨੀ, ਧੋਖੇਬਾਜ਼ ਔਰਤ ਨੂੰ, ਫਰੇਬ ਔਰਤ ਨੂੰ ਫੜ ਲਿਆ ਜੀ। ਉਹਨੂੰ ਸਜ਼ਾ ਹੋਈ ਹੈ 13 ਸਾਲ 3 ਮਹੀਨੇ ਦੀ ਸਜ਼ਾ ਹੋਈ। ਹਾਂਜੀ, ਅਗਰ ਤੁਸੀਂ ਵੀ ਝੂਠੇ ਬਾਬੇ ਲਾ ਕੇ, ਗੱਪੀ ਬਾਬੇ, ਫਰੋਡ ਬਾਬੇ ਬਣ ਕੇ ਇੱਦਾਂ ਘੁੰਮਦੇ ਹੋ ਕਿ ਤੁਹਾਡੇ ਘਰ ਭੂਤ ਪ੍ਰੇਤ ਹੈਗੇ, ਮੈਂ ਉਹਨਾਂ ਨੂੰ ਭੂਤਾਂ ਪ੍ਰੇਤਾਂ ਨੂੰ ਕੱਢ ਦਊਂਗਾ, ਤਾਂ ਇਟਲੀ ਵਿੱਚ ਅਗਰ ਤੁਸੀਂ ਫੜ ਹੋ ਜਾਓ ਤਾਂ ਤੁਹਾਨੂੰ ਤਕਰੀਬਨ 13 ਸਾਲ ਦੀ, 14 ਸਾਲ ਦੀ ਰੱਖੋ ਤੁਸੀਂ ਉਮਰ ਕੈਦ ਹੋ ਸਕਦੀ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੁਣ ਗੱਲ ਕਰਦੇ ਹਾਂ ਜੀ ਅਸੀਂ ਆਪਣੀ ਕਾਰਤਾ ਦੀ ਸਜ਼ਾ ਨੂੰ। ਕਾਰਤਾ ਦੀ ਸਜ਼ਾ ਨੂੰ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 2019 ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ, ਜਾਂ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਜੀ। ਇਟਲੀ ਦੇ ਵਿੱਚ ਅਗਰ ਤੁਹਾਨੂੰ ਅਗਰ ਤੁਸੀਂ ਕਾਰਤਾ ਦੀ ਸਜ਼ਾ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਟਲੀ ਵਿੱਚ ਆਇਆਂ ਨੂੰ 5 ਸਾਲ ਹੋਣੇ ਚਾਹੀਦੇ ਜੀ। ਘੱਟ ਤੋਂ ਘੱਟ ਜਿਹੜਾ ਮਿਨੀਮਮ ਰਿਕੁਆਇਰਮੈਂਟ ਆ ਉਹਨਾਂ ਦੇ ਵਿੱਚ ਤੁਹਾਡੇ ਕੋਲ 5 ਸਾਲ ਇਟਲੀ ਦੇ ਹੋਣੇ ਹੋਏ ਚਾਹੀਦੇ ਆ। ਉਸ ਤੋਂ ਬਾਅਦ ਜਿਹੜੀ ਜ਼ਰੂਰੀ ਗੱਲ ਹੈ ਕਿ ਤੁਹਾਡਾ ਟੈਸਟ ਦੀ ਇਤਾਲੀਆ ਨੂੰ ਜਿਹੜਾ ਆ ਦੂਏ ਦਾ ਹੋਣਾ ਚਾਹੀਦਾ। ਅਗਰ ਤੁਹਾਡੇ ਕੋਲ ਆ ਦੂਏ ਦਾ ਸਰਟੀਫਿਕੇਟ ਪਾਸ ਕੀਤਾ ਹੈਗਾ ਤੁਹਾਡਾ, ਉਹ ਵੀ ਚੱਲ ਜਾਣਾ। ਜਾਂ ਫਿਰ ਤੁਹਾਡੇ ਕੋਲ ਅਕੋਰਦੋ ਦੀ ਇੰਟੀਗ੍ਰੇਸ਼ਨ ਉੱਤੇ ਅਗਰ ਤੁਸੀਂ ਸਾਈਨ ਕੀਤੇ ਇਟਲੀ ਜਾਣ ਵੇਲੇ ਤੁਹਾਡੀ, ਉਹ ਵੀ ਚੱਲ ਜਾਣੀ ਹੈ ਜੀ। ਉਸ ਤੋਂ ਬਾਅਦ ਜਿਹੜੀ ਮੇਨ ਗੱਲ ਹੈਗੀ ਹੈ ਜੀ, ਰਹਿੰਦੀ ਤੋਂ ਮਿਨੀਮਮ ਆ ਜਿਹੜਾ ਤੁਹਾਡਾ 5 ਸਾਲ ਤੁਸੀਂ ਇਟਲੀ 'ਚ ਰਹਿੰਦੇ ਆ ਹੋ ਗਿਆ ਮਿਨੀਮਮ, ਅਤੇ ਤੁਹਾਡੀ ਜਿਹੜੀ ਖੁਦ ਇਸ ਸਾਲ ਜਾਂ ਲਾਸਟ ਸਾਲ ਜਦੋਂ ਤੁਸੀਂ ਅਪਲਾਈ ਕਰਨਾ, ਫਿਲਹਾਲ 2019 ਦੇ ਵਿੱਚ ਇੱਕ ਬੰਦੇ ਦੇ ਲਈ 5,954 ਯੂਰੋ ਆ ਜੀ, 2 ਬੰਦਿਆਂ ਦੇ ਲਈ 8,931, 3 ਮੀਆਂ ਬੀਬੀ ਪਲੱਸ ਉਹਨਾਂ ਦਾ ਇੱਕ ਬੱਚਾ ਉਹਦੇ ਲਈ ਹੈ ਜੀ 11,908, 4 ਮੈਂਬਰ ਹੋਣ ਤਾਂ 14,885, 5 ਲਈ 17,862, 6 ਲਈ 20,849, 23,816, 7 ਲਈ ਅਤੇ 8 ਲਈ 26,793। ਇਹ ਆ ਜੀ ਖੁਦਾਂ ਕਿੰਨੀ ਕੁੱਦ ਚਾਹੀਦੀ ਹੈ ਅਤੇ ਕੀ ਸਹਾਤਾ, ਕਿਹੜੇ ਕਿਹੜੇ ਪੇਪਰ ਹੁਣ ਇਹ ਵੀ ਦੇਖ ਲੈਂਦੇ ਜੀ, ਰਿਕੁਇਜ਼ਿਟ ਦੇ ਨਾਲ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ। ਇਹਦੇ ਨਾਲ ਤੁਹਾਨੂੰ ਚਾਹੀਦਾ ਜੀ ਮਾਰਕਾ ਦੀ ਵੱਲੋਂ 16 ਯੂਰੋ ਦਾ, ਤੁਹਾਡਾ ਜਿਹੜਾ ਪਾਸਪੋਰਟ ਆ ਉਹਦੀਆਂ ਫੋਟੋ ਕਾਪੀਆਂ, ਸਿਰਫ ਉਹੀ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਫੋਟੋ ਜਾਂ ਕੋਈ ਨਾ ਕੋਈ ਚੀਜ਼ ਲੱਗੀ ਹੈ। ਉਸ ਦੇ ਨਾਲ ਤੁਹਾਨੂੰ ਚੇਤੇ ਸ਼ਿਕਾ ਤੋਂ ਕਜ਼ੇ ਲਾਰੀਓ ਵੀ ਚਾਹੀਦਾ, ਜਿਹੜਾ ਹੁੰਦਾ ਤੁਹਾਡਾ ਸਰਟੀਫਿਕੇਟ ਕੋਈ ਤੁਸੀਂ ਅਤੇ ਇਟਲੀ ਦੇ ਵਿੱਚ ਜਿਹਨੂੰ PCC ਕਹਿ ਦਿੰਦੇ, ਵੀ ਇਟਲੀ ਦੇ ਵਿੱਚ ਜਿਹੜੀ ਤੁਸੀਂ ਕੋਈ ਕ੍ਰਾਈਮ ਕੇਸ ਨਹੀਂ ਹੈਗਾ ਤੁਹਾਡਾ। ਕੋਡੀਸੇ ਫਿਸਕਾਲੇ ਚਾਹੀਦਾ, ਤੁਹਾਡੀ ਪਰਮੈਸੀ ਦੀ ਸਜ਼ਾ ਉਹਨੂੰ ਵੈਲਿਡ ਚਾਹੀਦੀ ਹੈ, ਅਤੇ ਤੁਹਾਡੀ ਇਹਦੋ ਨਹੀਂ ਤਾਂ ਅਲੋਜੋ ਵੀ ਚਾਹੀਦੀ ਹੈ। ਬਹੁਤ ਘੁੰਮਣਿਆਂ ਵਿੱਚ ਮੈਨੂੰ ਬਹੁਤ ਕੁਛ ਸੂਰਿਆਂ ਦੇ ਵਿੱਚ ਮੈਨੂੰ ਇਹ ਸੁਣ ਜਾਇਆ ਕਿ ਬਹੁਤ ਕੁਛ ਤੂਰੇ ਵਾਲੇ ਈਦੋ ਨਹੀਂ ਤਾਂ ਅਲੋਜੋ ਨਹੀਂ ਮੰਗਦੇ, ਪਰ ਈਦੋ ਨਹੀਂ ਤਾਂ ਅਲੋਜੋ ਬਹੁਤ ਜ਼ਰੂਰੀ ਹੁੰਦੀ ਹੈ ਜੀ। ਅਗਰ ਕੋਈ ਕਸਤੂਰੇ ਵਾਲਾ ਨਾ ਮੰਗੇ ਤਾਂ ਉਹ ਉਹਨਾਂ ਦੀ ਮਰਜ਼ੀ ਆ ਅਤੇ ਵਧੀਆ ਗੱਲ ਆ। ਈਦੋ ਨਹੀਂ ਤਾਂ ਦੀ ਅਲੋਜੋ ਅਤੇ ਰੈਜੀਡੈਂਸ ਵਿੱਚ ਬਹੁਤ ਬੜਾ ਫਰਕ ਹੈ ਜੀ। ਈਦੋ ਨਹੀਂ ਤਾਂ ਦੀ ਅਲੋਜੋ ਕਿ ਤੁਹਾਡਾ ਜਿਹੜਾ ਘਰ ਵਾ ਉਹ ਕਾਨੂੰਨ ਦੇ ਹਿਸਾਬ ਨਾਲ ਰਹਿਣ ਯੋਗ ਆ ਜੀ। ਰੈਜੀਡੈਂਸ ਹੁੰਦਾ ਵੀ ਤੁਹਾਡੇ ਘਰ ਦੇ ਵਿੱਚ ਕਿੰਨੇ ਬੰਦੇ ਰਹਿ ਸਕਦੇ ਆ। ਤਕਰੀਬਨ 15 ਮੀਟਰ ਸਕੇਅਰ 'ਚ ਇੱਕ ਬੰਦਾ, 14.5-15 ਮੀਟਰ ਸਕੇਅਰ ਦੇ ਵਿੱਚ ਇੱਕ ਬੰਦਾ ਰੱਖਦੇ ਆ। ਮੋਟਾ ਮੋਟਾ ਹਿਸਾਬ ਲਈ ਤਾਂ ਇਹ ਤਕਰੀਬਨ ਜੀ 60 ਮੀਟਰ ਸਕੇਅਰ ਤੱਕ ਕਹਿੰਦੇ ਆ ਜੀ 4 ਬੰਦੇ ਰਹਿ ਸਕਦੇ ਆ। ਉਸ ਤੋਂ ਬਾਅਦ ਇਹਨਾਂ ਦਾ ਜਿਹੜੇ ਗਿਣਤੀ ਕਰਨ ਦਾ ਤਰੀਕਾ ਇਹ ਘੱਟ ਜਾਂਦਾ। ਅਸੀਂ ਆਪਣੀ ਕੱਲ੍ਹ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੁਹਾਡੇ ਅਗਰ ਤੁਹਾਡੇ ਘਰ ਦੇ ਵਿੱਚ ਕਿੰਨੇ ਮੀਟਰ ਸਕੇਅਰ ਤੁਹਾਡਾ ਘਰ ਆ, ਤਾਂ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਕਿੰਨੇ ਰੈਜੀਡੈਂਸ ਪਾਸ ਆ ਜੀ। ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਜੋ ਜਦੋਂ ਵੀ ਅਸੀਂ ਕੋਈ ਨਵੀਂ ਨਿਊਜ਼ ਨੂੰ ਕੋਈ ਨਵੀਂ ਖਬਰ ਪਾਉਂਦੇ ਹਾਂ ਜਾਂ ਤੁਹਾਡੇ ਕਮੈਂਟਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਡੀਓ ਪਹੁੰਚੋ ਜੀ।
ਇਹ ਸਬਸਕ੍ਰਾਈਬ ਦਾ ਬਟਨ ਦੱਬਣ ਤੋਂ ਬਾਅਦ ਤੁਸੀਂ ਸਾਡਾ ਜਿਹੜਾ ਬੈੱਲ ਆਈਕਨ ਆ ਉਹਨੂੰ ਵੀ ਦੱਬ ਦਿਓ ਜੀ। ਸਾਡਾ ਯੂਟਿਊਬ 'ਤੇ ਇਹਦਾ ਪੰਜਾਬੀ ਚੈਨਲ ਆ, ਫੇਸਬੁੱਕ 'ਤੇ ਵੀ ਸਾਡਾ ਪੇਜ ਆ ਜੀ ਜਿਹਦਾ ਨਾਂ ਇਹਦਾ ਪੰਜਾਬੀ ਆ ਜੀ। ਜਿੰਨੀਆਂ ਤੁਹਾਨੂੰ ਇਨਫੋਰਮੇਸ਼ਨਾਂ ਦੀ ਸਾਨੂੰ ਖੁਸ਼ੀ ਮਿਲਦੀ ਹੈ ਜੀ, ਤੁਹਾਨੂੰ ਸਾਡੀਆਂ ਖਬਰਾਂ ਕਿੱਦਾਂ ਦੀਆਂ ਲੱਗਦੀਆਂ ਸਾਨੂੰ ਲਿਖ ਕੇ ਜ਼ਰੂਰ ਦੱਸਿਆ ਕਰੋ ਜੀ। ਜਦੋਂ ਅਸੀਂ ਤੁਹਾਡੀਆਂ ਪੋਜ਼ੀਟਿਵ ਕਮੈਂਟਾਂ ਪੜ੍ਹਦੇ ਹਾਂ ਸਾਨੂੰ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ ਜੀ। ਅਗਰ ਤੁਸੀਂ ਕੋਈ ਨਾ ਕੋਈ ਸਾਨੂੰ ਸੁਧਾਰ ਦੇਣਾ ਚਾਹੁੰਦੇ ਹੋ, ਕੋਈ ਨਾ ਕੋਈ ਸਾਨੂੰ ਸੁਝਾਉ ਐਡਵਾਈਸ ਦੇਣਾ ਚਾਹੁੰਦੇ ਹੋ, ਸਲਾਹ ਦੇਣਾ ਚਾਹੁੰਦੇ ਹੋ, ਸਾਨੂੰ ਲਿਖ ਕੇ ਜ਼ਰੂਰ ਦਿਆ ਕਰੋ ਜੀ। ਅਸੀਂ ਕੋਸ਼ਿਸ਼ ਕਰਾਂਗੇ ਜੀ ਆਪਣੇ ਜਿਹੜੇ ਪ੍ਰੋਗਰਾਮ ਆਪਣੀਆਂ ਨਿਊਜ਼ਾਂ ਜੋ ਵੀ ਅਸੀਂ ਟੌਪਿਕ ਬਣਾਉਂਦੇ ਹਾਂ ਦਿਨ ਬਰ ਦਿਨ ਉਹਨਾਂ ਦੇ ਵਿੱਚ ਸੁਧਾਰ ਲਿਆਉਂਦਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ।